ਇਹ ਲੋਕ ਜੋ ਖੁਸ਼ੀ ਦੇ ਵਿੱਚ ਨੱਚਦੇ ਨਜ਼ਰ ਆ ਰਹੇ ਨੇ, ਕਿਸੇ ਦੀ ਬਰਾਤ ਦੇ ਵਿੱਚ ਨਹੀਂ, ਸਗੋਂ ਅੰਤਿਮ ਸੰਸਕਾਰ ਤੇ ਜਾ ਰਹੇ ਨੇ, ਕਿਉਂਕਿ ਇਹਨਾਂ ਦੇ ਪਰਿਵਾਰ ਦੀ 118 ਸਾਲਾ ਬਜ਼ੁਰਗ ਮਾਤਾ ਦਾ ਦੇਹਾਂਤ ਹੋ ਗਿਆ ਤੇ ਜਿੱਥੇ ਉਹਨਾਂ ਦੀ ਇਹ ਆਖਰੀ ਇੱਛਾ ਸੀ ਕਿ ਉਹਨਾਂ ਦੇ ਅੰਤਿਮ ਸੰਸਕਾਰ ਤੇ ਭੰਗੜੇ ਪਾ ਕੇ ਉਹਨਾਂ ਨੂੰ ਵਿਦਾ ਕੀਤਾ ਜਾਵੇ, ਤਾਂ ਪਰਿਵਾਰ ਨੇ ਆਖਰੀ ਇੱਛਾ ਪੂਰੀ ਕਰਨ ਦੇ ਲਈ ਘਰ ਤੋਂ ਸ਼ਮਸ਼ਾਨ ਘਾਟ ਦੇ ਰਸਤੇ ਦੇ ਵਿੱਚ ਭੰਗੜਾ ਪਾਇਆ ਤੇ ਬਜ਼ੁਰਗ ਦੀ ਅਰਥੀ ਨੂੰ ਗੁਬਾਰਿਆਂ ਦੇ ਨਾਲ ਸਜਾਇਆ। ਦੱਸ ਦਈਏ ਕਿ ਇਹ ਪਰਿਵਾਰ ਜਲਾਲਾਬਾਦ ਦਾ ਰਹਿਣ ਵਾਲਾ ਹੈ, ਜਿੱਥੇ ਇਹਨਾਂ ਦੇ ਪਰਿਵਾਰ ਦੀ 118 ਸਾਲਾ ਬਜ਼ੁਰਗ ਮਾਤਾ ਦਾ ਦੇਹਾਂਤ ਹੋ ਗਿਆ। ਤਾਂ ਇੰਨੀ ਉਮਰ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਦਾ 200 ਤੋਂ ਵੀ ਵੱਧ ਦਾ ਪਰਿਵਾਰ ਹੈ, ਜਿਸ ਦੇ ਵਿੱਚ ਇਹਨਾਂ ਦੇ 8 ਬੱਚੇ ਨੇ, ਇੱਕ ਮੁੰਡਾ ਤੇ 7 ਕੁੜੀਆਂ, ਤੇ ਉਹਨਾਂ ਤੋਂ 35 ਇਹਨਾਂ ਦੇ ਪੋਤੇ ਪੋਤੀਆਂ ਨੇ ਤੇ ਇਹ ਸਾਰੇ ਵੀ ਹੁਣ ਵਿਆਹੇ ਗਏ ਨੇ। ਤਾਂ ਪਰਿਵਾਰ ਮੁਤਾਬਿਕ ਬਜ਼ੁਰਗ ਦਾ ਜਨਮ ਪਾਕਿਸਤਾਨ ਦੇ ਵਿੱਚ ਹੋਇਆ ਸੀ ਤੇ ਵੰਡ ਸਮੇਂ ਇਹ ਪੰਜਾਬ ਆਏ ਸੀ, ਤਾਂ ਹਮੇਸ਼ਾ ਉਹ ਉਸ ਸਮੇਂ ਦਾ ਹਾਲ ਬਿਆਨ ਕਰਦੇ ਰਹਿੰਦੇ ਸੀ ਤੇ ਨਾਲ ਹੀ ਉਹਨਾਂ ਦੱਸਿਆ ਕਿ ਉਹਨਾਂ ਦੀ ਇਹ ਆਖਰੀ ਇੱਛਾ ਸੀ ਕਿ ਮੌਤ ਤੋਂ ਬਾਅਦ ਨੱਚਦੇ ਹੋਏ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ। ਤਾਂ ਪਰਿਵਾਰ ਦੇ ਵੱਲੋਂ ਕੁਝ ਇਸੇ ਤਰੀਕੇ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮੇਰਾ ਨਾਮ ਮਾਸਟਰ ਮੰਗਲ ਸਿੰਘ, ਹਾਂਜੀ, ਇਹਨਾਂ ਨਾਂ ਇੰਦਰੋ ਬਾਈ, ਇਹ ਸਾਡੀ ਦਾਦੀ ਜੀ ਸੀ, ਇਹ ਲਗਭਗ 118-120 ਦੇ ਕਰੀਬ ਪਿੱਛੋਂ ਪਾਕਿਸਤਾਨ ਦਾ ਜਨਮ ਸੀ ਇਹਨਾਂ ਦਾ ਜੀ। ਮੇਰੇ ਡੈਡੀ ਦੱਸਦੇ ਹੁੰਦੇ ਸੀ ਪਿੱਛੇ ਇਹਨਾਂ ਪਾਕਿਸਤਾਨ ਸਾਡੇ ਉੱਥੇ ਨਰੋਲ ਰਾਏ ਸਿੱਖ ਪਿੰਡ ਸੀ ਨੌ, ਜਿਹਨਾਂ 'ਤੇ ਜਰਾਇਮ ਪੇਸ਼ਾ ਵੀ ਲੱਗਿਆ ਸੀ, ਇਹ ਉੱਥੇ ਮਤਲਬ ਉੱਥੇ ਹੀ ਮੈਰਿਡ ਸੀ ਅਤੇ ਜਦੋਂ 1947 ਵੰਡ ਤੋਂ ਬਾਅਦ ਭਾਰਤ ਆਏ ਹਾਂ, ਅਸੀਂ ਪੰਜਾਬ ਆਏ ਹਾਂ, ਤਾਂ ਇਹਨਾਂ ਦੇ ਨਾਲ ਸਾਡੀ ਵੱਡੀ ਭੂਆ ਜੀ ਲਗਭਗ 16 ਸਾਲ ਦੇ ਸੀ, ਉਹ ਨਾਲ ਸੀ, ਤਾਂ ਇੱਕ ਬੜੇ ਵੱਡੇ ਕਾਫਲੇ ਦੇ ਤੌਰ 'ਤੇ ਅਸੀਂ ਪੰਜਾਬ ਆਏ ਸੀ। ਉੱਥੇ ਦੇਖਾ ਪੂਰੇ ਵਿਆਹੇ ਸੀ, ਮੈਰਿਡ ਸੀ, ਹਾਂਜੀ, ਪੂਰੀਆਂ ਗੱਲਾਂ ਪਾਕਿਸਤਾਨ ਦੀਆਂ, ਕਿਵੇਂ ਸਾਡੇ ਪਿੱਛੇ ਜਾ ਕੇ ਸਾਡੇ ਇਹਨਾਂ ਦੇ ਜੇਠ ਹੀ ਲੱਗੇ, ਉਹ ਪਿੰਡ ਦੇ ਨੰਬਰਦਾਰ ਸੀ, ਸਾਹਿਬੇ ਕਾ ਪਿੰਡ ਸਭ ਤੋਂ ਵੱਡਾ ਪਿੰਡ ਸੀ 9 ਪਿੰਡਾਂ 'ਚ, ਜਰਾਇਮ ਪੇਸ਼ਾ ਲੱਗਿਆ ਉੱਥੇ, ਜਦੋਂ ਅੰਗਰੇਜ਼ਾਂ ਨੇ ਜਰਾਇਮ ਪੇਸ਼ਾ ਲਾਇਆ, ਤਾਂ ਉਹ ਸਾਰੀਆਂ ਗੱਲਾਂ ਦੱਸਦੇ ਸੀ। ਫਿਰ ਜਿਵੇਂ ਅਸੀਂ ਵੰਡ ਤੋਂ ਬਾਅਦ ਜਿਵੇਂ ਲੁੱਟਾਂ ਖੋਵਾਂ ਜਾਂ ਕਤਲੇਆਮ ਹੋਇਆ, ਤਾਂ ਇਹ 9 ਪਿੰਡ ਜਿਹੜੇ ਹੈਗੇ ਸੀ ਇੱਕ ਕਾਫਲੇ ਦੇ ਰੂਪ ਵਿੱਚ ਆਏ ਸੀ, ਜਿਵੇਂ ਇੱਕ ਵੱਡਾ ਕਾਫਲਾ, ਕਾਫਲੇ ਦੇ ਆਲੇ ਦੁਆਲੇ ਘੋੜਿਆਂ ਦੇ ਜਿਹੜੇ ਸੁਰੱਖਿਆ, ਉਹ ਸਾਰਾ ਕੰਮ, ਸਾਰੀਆਂ ਗੱਲਾਂ ਦੱਸਦੇ ਸੀ, ਸਾਡੇ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਭਾਅ ਜੀ ਸੁਣ ਕੇ। ਹਾਂ, ਲਗਭਗ 118-120 ਸਾਲ ਤੁਹਾਨੂੰ ਕਹਿ ਦਿੱਤੀ। ਹਾਂ, ਨਹੀਂ, ਇਹਨਾਂ ਇੱਛਾ ਜ਼ਾਹਿਰ ਕੀਤੀ ਸੀ ਵੀ ਜਦੋਂ ਮੈਂ ਪੁੱਤ ਜਾਵਾਂ ਤਾਂ ਮੈਨੂੰ ਪੂਰੇ ਵਾਜੇ ਗਾਜਿਆਂ ਨਾਲ ਤੋਰਿਆ ਜਾਵੇ, ਮੈਂ ਪੂਰਾ ਆਪਦਾ ਜਿਹੜਾ ਹੈਗਾ ਪਰਿਵਾਰ ਜਿਹੜਾ ਵੇਖ ਚੁੱਕੀ ਹਾਂ, ਸਾਰੇ ਖੁਸ਼ ਨੇ, ਸਾਰੇ ਹੈਗੇ ਵੀ ਖੁਸ਼ ਨੇ, ਆਪਣੇ ਆਪਣੇ ਕੰਮ 'ਤੇ ਲੱਗੇ ਹੋਏ ਨੇ, ਤਾਂ ਜਿਹੜੀ ਸਾਡੀ ਭੂਆ ਨੇ ਉਹਨਾਂ ਦੇ ਬੱਚੇ, ਅਗਾਂਹ ਜਿਹੜੇ ਸਾਡੇ ਚਾਚੇ ਤਾਏ ਬੱਚੇ ਸਾਰੇ ਆਪਣੇ ਆਪਣੇ ਕੰਮ ਕਾਰ ਲੱਗੇ ਹੋਏ ਨੇ, ਅਤੇ ਬੜੇ ਦਾਦੀ ਜੀ ਖੁਸ਼ ਸੀ। ਅਸੀਂ ਦਾਦੇ ਦੇ ਪਰਿਵਾਰ ਦੀ ਗੱਲ ਕੀਤੀ, ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ 200, ਅਤੇ ਭੂਆ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਫਿਰ ਤਾਂ ਕਾਫੀ ਲਗਭਗ, ਆਪਾਂ ਜੇ ਉੱਧਰ ਦੀ ਗੱਲ ਕਰੀਏ ਤਾਂ ਭੂਆ ਦੇ ਪੋਤਰੇ ਪੋਤਰੀਆਂ, ਫਿਰ ਤਾਂ ਲੰਬਾ ਹੋ ਜਾਂਦਾ, ਲਗਭਗ 7-8 ਸੌ ਵੀ ਹੋ ਸਕਦਾ ਜੀ, ਜਿਹੜਾ ਲੰਬਾ ਪਰਿਵਾਰ ਉਮਰ ਪੋ ਕੇ ਬਹੁਤ ਖੁਸ਼ ਹੋ ਕੇ ਗਏ, ਲਾਸਟ ਤੱਕ ਬੜੇ ਵਧੀਆ ਆਪਦੀ ਤੁਰਦੇ ਫਿਰਦੇ, ਇੱਦਾਂ ਵਧਾਈ ਕੀਤੀ ਜਾਵੇ ਤਾਂ ਸਾਡਾ ਫਰਜ਼ ਵੀ ਬਣਦਾ ਹੈ, ਕਿਉਂਕਿ ਸਾਡੇ ਦਾਦੀ ਜੀ ਸਾਨੂੰ ਬਹੁਤ ਪਿਆਰ ਕਰਦੇ ਛੋਟੇ ਹੁੰਦਿਆਂ, ਅਤੇ ਸਾਨੂੰ ਪਾਲਿਆ ਪੋਸਿਆ ਨਾ, ਤਾਂ ਸਾਨੂੰ ਬੜੀ ਹਰ ਜਗ੍ਹਾ 'ਤੇ ਸਾਨੂੰ ਇੰਨਾ ਮਤਲਬ ਗਾਈਡ ਹੀ ਕੀਤਾ ਵੀ ਇੱਥੇ ਪੁੱਤ ਇੰਝ ਕਰਨਾ, ਇੱਥੇ ਇੰਝ ਕਰਨਾ, ਤਾਂ ਬਹੁਤ ਮੋਹ ਪਿਆਰ ਰੱਖਦੇ ਸਾਡੇ ਨਾਲ। ਹਾਂ, ਵੇਖੋ ਭਾਅ ਜੀ, ਗਮ ਤਾਂ ਜਦੋਂ ਕੋਈ ਤੁਰਦਾ ਪਰਿਵਾਰ ਦਾ ਮੈਂਬਰ ਜਾਂਦਾ, ਗਮ ਤਾਂ ਹੁੰਦਾ ਹੀ ਹੈ, ਪਰ ਖੁਸ਼ੀ ਇਸ ਗੱਲ ਦੀ ਹੈ ਵੀ ਇੰਨੀ ਵੱਡੀ ਉਮਰ ਹੰਢਾ ਕੇ ਹੈਲਦੀ ਹੋ ਕੇ ਸਿਹਤਮੰਦ ਸੀ, ਵਿਚਾਰਾ ਮੈਨੂੰ 25 ਸਾਲ ਹੋ ਗਏ ਜੋਬ ਵਿੱਚ ਆਇਆ, ਤਾਂ ਬੜੇ ਖੁਸ਼ ਹੁੰਦੇ ਸੀ, ਬੜੇ ਜਦੋਂ ਮਿਲਣਾ ਜਾ ਕੇ ਤਾਂ ਬਹੁਤ ਹੀ ਖੁਸ਼ ਹੁੰਦੇ ਸੀ, ਉਹ ਇੰਨਾ ਕਹਿੰਦੇ ਸੀ ਵੀ ਚਲੋ ਅੱਜ ਤੁਹਾਡੇ ਭਰਾ ਹੈਗੇ ਨੇ, ਰਲ ਮਿਲ ਕੇ ਰਲ, ਅਸੀਂ ਰਹੀਦੇ ਰਲ ਮਿਲ ਕੇ। ਸਰ, ਇੱਦਾਂ ਮੈਂ ਇੱਕ ਡਾਕਟਰ ਹਾਂ,
ਵੀ ਮੈਨੂੰ ਲੱਗਦਾ ਵੀ ਹਜ ਤੱਕ ਦੇ ਗੋਲੀ ਲੈਣ ਵੀ ਆਏ ਹੋ। ਅੱਛਾ। ਤੁਰਦੇ ਫਿਰਦੇ ਹਸਮੁਖ ਚਿਹਰਾ ਕਿਸੇ ਨੂੰ ਪੁੱਤ ਤੋਂ ਸਿਵਾ ਵੀ ਜੋ ਵੀ ਆਉਂਦੇ ਆ ਪੁੱਤ ਮੇਰਾ ਧੀ ਸਾਰਿਆਂ ਨੂੰ ਕੋਈ ਵੱਡੇ ਆ ਸਾਰਿਆਂ ਨੂੰ ਕਦੇ ਵੀ ਆਏ ਜੇ ਉਹਨਾਂ ਦੇ ਮੂੰਹ 'ਤੇ ਕੋਈ ਸ਼ਿਕਰ ਨਹੀਂ ਆਈ ਪੁੱਤਰਾਂ ਧੀਆਂ ਬਾਰੇ ਹਾਲਾਂਕਿ ਪੁੱਤਰ ਤੁਰ ਗਏ ਫਿਰ ਵੀ ਕਹਿੰਦੇ ਜੋ ਮਾਲਕ ਦਾ ਰਾਜਾ ਹੈ। ਬਾਕੀ ਮਾਸਟਰ ਜੀ ਨੇ ਦੱਸ ਦਿੱਤਾ ਤੁਹਾਨੂੰ ਵੀ ਸਾਰਾ ਕੁਝ ਵੀ ਇੱਦੋਂ ਮੈਂ ਤਾਂ ਕਹਿੰਦਾ ਵੀ ਪਤਾ ਨਹੀਂ ਵੀ ਇੰਨੀ ਜੇਕਰ ਸਾਡੇ ਏਰੀਏ ਦੇ ਵਿੱਚ ਇੰਨੀ ਕਿਤੇ ਸਾਨੂੰ ਅਗਾਂਹ ਆਪਣੀ ਆ ਜਿਹੜੀ ਜਨਰੇਸ਼ਨ ਹੈ ਇਹ ਨਸ਼ੇ ਪੱਤੇ ਤੋਂ ਬਚੇ ਅਸੀਂ ਗਿਣਦੇ ਹਾਂ ਸਾਡੇ ਪਿੰਡ 'ਚ ਕੋਈ ਇੱਕ ਦੋ ਪਰਸਨ ਜਿਹੜੇ ਪੁਰਾਣੇ ਅੱਜ ਤੱਕ ਬੈਠੇ ਆ ਅਗਾਂਹ ਸਾਰੇ ਅਸੀਂ ਜਿਹੜੀ ਯੰਗ ਜਨਰੇਸ਼ਨ ਹੈ ਨਸ਼ਿਆਂ ਵਿੱਚ ਪੈ ਕੇ ਪਤਾ ਨਹੀਂ ਕੀ ਬਣੇਗਾ। ਅੱਜ ਕੱਲ੍ਹ ਮੈਂ ਕਹਾਂਗਾ ਬੱਚਿਆਂ ਨੂੰ ਇੱਕ ਦਿਆਂਗਾ ਵੀ ਜਿਹੜੇ ਬੱਚਿਆਂ ਨੂੰ ਕੁਰਕਰਿਆਂ ਵਗੈਰਾ ਤੋਂ ਬਚਾਓ ਕੁਰਕਰੇ ਜਿਹੜੇ ਵੀ ਆ ਪੈਕਟ ਵਾਲੀਆਂ ਚੀਜ਼ਾਂ ਨੇ ਇਹ ਨਾ ਖਾਣ ਦਿਓ ਚਾਹੇ ਕੋਈ ਆਪਣਾ ਰੀਅਲ ਜੂਸ ਨੇ ਜੋ ਵੀ ਹੈਗਾ ਸਾਦਾ ਬਿਲਕੁਲ ਸਾਦਾ ਆਮ ਘਰ ਦੀ ਰੋਟੀ ਇਹ ਤਾਂ ਪਹਿਲੇ ਚੱਕੀ 'ਤੇ ਪੀ ਕੇ ਚੱਲਦੇ ਸੀ ਚੱਕੀ ਵੀ ਆਟਾ ਵੀ ਘਰੇ ਬਣਾਉਂਦੇ ਇੰਨੀ ਤਾਕਤ ਹਾਂਜੀ ਆਟਾ ਵੀ ਘਰੇ ਦੁੱਧ ਘਰੇ ਰਿੜਕਣਾ ਇਹ ਤਾਂ ਮਦਾਨੀਆਂ ਵੀ ਨਹੀਂ ਲੈਂਦੇ ਸੀ ਇੰਨੇ ਸਖਤ ਅਤੇ ਇੰਨੇ ਕਰਨ ਤੋਂ ਬਾਅਦ ਜੋ ਇੰਨੀ ਉਮਰ ਮਿਲੀ ਹੈ ਉਹੀ ਰਾਜ ਸੀ ਜੋ ਪਾਕਿਸਤਾਨ ਤੋਂ ਚੱਲਦੇ ਆਏ ਆ ਉਹੀ ਰਾਜ ਮਾਲਕ ਦਇਆ ਕਰੇ ਸਾਰਿਆਂ ਨੂੰ ਦੇਵੇ ਕਬਾਇਆ 'ਚ ਇਹਦੀ ਸਮਤ ਬਣੇ ਸਾਰੇ ਲੋਕ ਇੰਨੀ ਉਮਰ ਭੋਗ ਕੇ ਜਾਣ ਨਸ਼ੇ ਪੱਤੇ ਤੋਂ ਬਚੋ ਸਾਰਿਆਂ ਨੂੰ ਕਹਿੰਦੇ ਹਾਂ ਵੀ ਨਸ਼ੇ ਪੱਤੇ ਤੋਂ ਬਚਿਓ ਸਾਰੀ ਜਨਰੇਸ਼ਨ ਨਸ਼ੇ ਪੱਤੇ ਤੋਂ ਬਚੇ। ਡਾਕਟਰ ਓਮ ਪ੍ਰਕਾਸ਼ ਜੀ ਇੰਦਰੋ ਬਾਈ ਜੀ 118 ਪਲੱਸ ਹੀ ਹੈ ਲਗਭਗ ਇੱਕੋ ਕਬਾਏ ਦੇ ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਮੇਰੇ ਨਾਲ ਸਭ ਤੋਂ ਜ਼ਿਆਦਾ ਇਸ ਵਾਲੇ ਇੱਕ 10 ਦੇ ਲਗਭਗ ਇੱਕ ਹੋਰ ਮਾਤਾ ਜੀ ਬੈਠੇ ਕਿ ਅੱਜ ਸਾਨੂੰ ਮੌਕਾ ਮਿਲਿਆ ਉਹਨਾਂ ਦੇ ਦਰਸ਼ਨ ਕਰਨ ਦਾ ਬਾਕੀ ਬਹੁਤ ਵਧੀਆ ਗੱਲ ਹੈ ਜੇਨੀ ਦੇ ਵਿੱਚ ਜਾਣਾ ਬਹੁਤ ਹੀ ਕਿਉਂਕਿ ਇਹ ਤਾਂ ਕਿਸਮਤ ਵਾਲੇ ਪਿੰਡ ਨੇ ਜਿੱਥੇ ਇੱਦਾਂ ਦੇ ਬਜ਼ੁਰਗ ਬੈਠੇ ਨੇ। ਹਾਂ ਜੀ ਵੱਧ ਤੋਂ ਵੱਧ 50-55 ਦੀ ਵਿੱਚ ਹੀ ਰੇਂਜ ਅੱਜ ਕੱਲ੍ਹ ਤਾਂ ਯੂਥ ਚੱਲਿਆ ਜੀ ਇਹ ਤਾਂ ਮਾਲਕ ਦੀ ਹੈ ਬਾਕੀ ਬਜ਼ੁਰਗਾਂ ਦਾ ਬਹੁਤ ਅਸੀਂ ਲੱਕੀ ਪਿੰਡ ਹੈ ਸਾਡਾ ਵੀ ਇੱਕ ਇਸ ਤੋਂ ਬਾਅਦ ਸਾਡੇ ਬਜ਼ੁਰਗ ਇੱਕ ਹੋਰ 110 ਪਲੱਸ ਦੇ ਲਗਭਗ ਬੈਠੇ ਨੇ ਇਹ ਤਾਂ ਬਹੁਤ ਕਿਸਮਤ ਵਾਲਾ ਉਹਨਾਂ ਦੇ ਦਰਸ਼ਨ ਕਰਕੇ ਮਿਲਿਆ ਚਲੋ ਪਰਮਾਤਮਾ ਸਾਰਿਆਂ ਦੇ ਇਸ ਦੁਨੀਆਂ ਦੇ ਹੈ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਇਹ ਮਾਤਾ ਰਾਣੀ ਦੀ ਉਮਰ ਬਹੁਤ ਲੰਬੀ ਗਈ ਹੈ ਇੱਕ ਬਜ਼ੁਰਗ ਹੋਰ ਬੈਠਾ ਸਾਡਾ 110 ਸਾਲ ਉਮਰ ਹੈ ਇਹ ਕੋਈ ਵੀ ਇੱਦਾਂ ਦਾ ਹੁੰਦਾ ਹੈ ਖੁਸ਼ੀ ਦਾ ਮਾਹੌਲ ਹੈ ਜੀ ਇਹ ਕਿਸਮਤ ਨਾਲ ਹੀ ਹੁੰਦਾ ਹੈ ਸਭ ਇਸ ਤੋਂ ਵੱਡੀ ਕੀ ਹੋ ਸਕਦੀ ਸਭ ਕੁਛ ਖੁਸ਼ੀ ਕੀ ਹੋਏਗੀ ਜੀ ਮਾਤਾ ਦੀ ਬਜ਼ੁਰਗ ਹੈਗੀ ਉਮਰ ਹੋ ਗਈ ਪੋਤੀਆਂ ਪੋਤਰਿਆਂ ਪਰੋਤੜਿਆਂ ਵਾਲੇ ਹੋ ਗਏ ਅਤੇ ਇਹ ਸੰਸਕਾਰ ਨਾਲ ਢੋਲ ਵਾਜਾਂ ਦੇ ਨਾਲ ਲਿਆਂਦਾ ਸੰਸਕਾਰ ਕਰਨਾ ਸਾਡੀ ਪੀੜ੍ਹੀ ਵਾਸਤੇ ਦੇਖਣ ਨੂੰ ਇਹ ਚੀਜ਼ਾਂ ਮਿਲੀਆਂ ਨੇ ਇਹ ਚੀਜ਼ਾਂ ਅੱਜ ਕੱਲ੍ਹ ਮਿਲਦੀਆਂ ਕਿੱਥੇ ਆ ਜੀ ਬਜ਼ੁਰਗ ਬਹੁਤ ਹੈ ਠੀਕ ਹੈ ਪੰਜਾਬ 'ਚ ਕਿਤੇ ਕੋਨੇ ਕੋਨੇ 'ਤੇ ਮਿਲਦਾ ਇਹ ਚੀਜ਼ਾਂ ਪਰ ਸਾਨੂੰ ਤਾਂ ਸਾਡੇ ਪਿੰਡ ਵਿੱਚ ਹੈਗੇ ਆ ਬਲਵੀਰ ਸਿੰਘ ਜੀ ਰਾਜਸਥਾਨ ਤੋਂ ਆਇਆ ਜੀ ਇਹਨਾਂ ਦੀ ਗੁੱਡੀ ਮੇਰੇ ਵਿਆਹ ਹੀ ਹੋਈ ਸੀ ਅਤੇ ਮਤਲਬ ਪਹਿਲਾਂ ਇਹ ਰਿਸ਼ਤਾ ਨਹੀਂ ਕਰਦੇ ਸੀ ਵੀ ਦੂਰ ਹੈ ਰਾਜਸਥਾਨ 'ਚ ਪਾਣੀ ਹੈ ਨਹੀਂ ਕੁਛ ਨਹੀਂ ਉੱਥੇ ਹੁਣ ਜਾਂਦੇ ਆ ਤਾਂ ਬੜੇ ਖੁਸ਼ ਹੁੰਦੇ ਸੀ ਕਿ ਮੇਰੀ ਕੁੜੀ ਇਹ ਸਭ ਤੋਂ ਸੁਖੀ ਹੈ ਅਤੇ ਨਾ ਸਾਡੇ ਘਰ 'ਚ ਨਸ਼ਾ ਹੈ ਨਹੀਂ ਪੱਤਾ ਨਹੀਂ ਕੋਈ ਵੀ ਅਸੀਂ ਸਾਰੇ ਮੈਂਬਰ ਹੈ ਹੁਣ ਮੇਰੀ ਗੁੱਡੀਆਂ ਵੀ ਹੈ ਬੱਚੇ ਵੀ ਹੈ ਸਾਰੇ ਨਸ਼ੇ ਪੱਤੇ ਤੋਂ ਮੁਕਤ ਹੈ ਸਾਨੂੰ ਬੜਾ ਪਿਆਰ ਕਰਦੀ ਸੀ 20-25 ਦਿਨ ਮੈਂ ਪਹਿਲਾਂ ਆਇਆ ਸੀਗਾ ਤਾਂ ਮੈਨੂੰ ਕਹਿੰਦੀ ਬਲਵੀਰ ਸਿੰਘ ਇੱਥੇ ਨੇੜੇ ਮੇਰੇ ਕੋਲ ਬਹਿ ਜਾ ਕਹਿੰਦੀ ਮੈਂ ਨਾ ਆਪਣੇ ਘਰੇ ਜਾਣਾ ਤਾਂ ਮੈਨੂੰ ਲੇਟ ਹੋਈ ਜਾਂਦੀ ਹੈ ਅਤੇ ਕਿੰਨੀਆਂ ਵਾਰੀ ਕਿਹਾ ਸੀ ਕਿ ਮੈਂ ਘਰ ਜਾਣਾ ਤਾਂ ਮੈਂ ਲੇਟ ਹੋਈ ਜਾਂਦੀ ਹਾਂ ਦੇਖੋ ਜੀ ਬਹੁਤ ਵਧੀਆ ਸੀ ਪਿਆਰ ਬਹੁਤ ਕਰਦੇ ਸੀ ਸਾਨੂੰ ਸਾਰਿਆਂ ਨੂੰ ਇਹ ਉਹਨਾਂ ਦੀ ਕੁੜੀਆਂ ਸੀ 7-3 ਮੇਰੇ ਘਰ 'ਚ ਵੱਡੀਆਂ ਸੀ 3 ਹੀ ਛੋਟੀਆਂ ਸੀਗੀਆਂ ਅਤੇ ਉਹ ਸਾਰੇ ਮਿਲ ਕੇ ਆਉਂਦੇ ਸੀ ਤਾਂ ਹੁਣ ਵੀ ਤਮੰਨਾ ਸੀ ਗੁੱਡੀਆਂ ਦੇ ਵਿਆਹ 'ਚ ਜਾ ਕੇ ਆਈ ਹੈ ਅਤੇ ਬੜੀ ਖੁਸ਼ ਹੋਈ ਹੈ ਫਿਰਦੇ ਸੀ 10-20 ਦਿਨ ਤਾਂ ਥੋੜ੍ਹਾ ਘਣਾ ਹੁੰਦਾ ਹੀ ਹੈ ਫਿਰ
ਬਾਕੀ ਆਉਂਦੀ ਜਾਂਦੀ ਤੁਰਦੇ ਫਿਰਦੇ ਸੀ, ਕੰਮ ਕਰਦੀ ਸੀ ਤੇ ਮੇਰੇ ਪੋਤੇ ਕਹਿੰਦੇ ਤੂੰ ਬਹਿ ਜਾ, ਸਾਨੂੰ ਲੋਕ ਕੀ ਕਹਿੰਦਾ, ਮੈਂ ਕਿਹਾ ਵੇਖੋ ਸਿਹਤ ਸਹੀ ਹੈ ਤਾਂ ਆਪਦੇ ਹੱਥ ਨਾਲ ਖਾਂਦੀ ਸੀ, ਆਪਦੇ ਹੱਥ ਨਾਲ ਸਬਜ਼ੀ ਕੱਟਣੀ ਸਬਜ਼ੀ ਬਣਾਉਣੀ, ਸਾਨੂੰ ਆਪਦੇ ਹੱਥ ਨਾਲ ਦੇਣਾ ਵੀ ਸਾਡੇ ਇੰਨੇ ਰਿਸ਼ਤੇਦਾਰ ਦੂਰੋਂ ਚੱਲ ਕੇ ਆਏ ਤਾਂ ਬੜੇ ਖੁਸ਼ ਸੀ ਸਾਡੇ ਨਾਲ ਬਈ। ਹੁਣ ਇਸ ਗੱਲ ਦਾ ਹੈ ਤਾਂ ਵੀ ਇੱਕ ਤਾਂ ਦੁੱਖ ਰਹਿੰਦਾ ਹੀ ਹੈ ਵੀ ਮਾਂ ਪਿਓ ਜਾਵੇ ਤਾਂ ਮਾਂ ਪਿਓ ਘਰ ਦਾ ਤਾਲਾ ਹੁੰਦਾ, ਬੈਠਾ ਹੋਵੇ ਤਾਂ ਬੱਚਾ ਕਿਤੇ ਮਰਜ਼ੀ ਜਾ ਸਕਦਾ ਅਤੇ ਕੋਈ ਰਿਸ਼ਤੇਦਾਰਾਂ ਦਾ ਉੱਥੇ ਬੈਠ ਜਾਂਦਾ ਵੀ ਵੱਡੇ ਬਜ਼ੁਰਗ ਬੈਠੇ ਆ, ਹੁਣ ਛੋਟਿਆਂ ਦੀ ਜ਼ਿੰਮੇਵਾਰੀ ਸੱਟ ਗਏ, ਉਹ ਆਪ ਵੀ ਨਿਭਾਉਣਗੇ ਜੀ। ਧੰਨਵਾਦ।